ਇੱਕ ਬੰਦਾ ਕਬਰ ਕੱਢਣ ਦਿਆ ਤੇ ਉੱਤੇ ਕਾਰ ਲਾ ਕੇ ਉਹਦਾ ਤੇਲ ਬਦਲਣ ਦਿਆ ਡਾਕਟਰ ਹੁੰਦਾ ਸੀ ਤੇ ਵੈਸੇ ਬੰਦਾ ਬੇਹੋਸ਼ ਹੋਇਆ ਤੇ ਉਹਦੀ ਨਬਜ਼ ਫੜ ਕੇ ਕਹਿੰਦਾ ਸੋਰੀ ਮੇਰੇ ਕੋ ਛੋਟੀ ਮੱਖੀ ਦਾ ਸ਼ਹਿਦ ਵੀ ਹੁੰਦਾ ਅਸਲਾਮ ਵਾਲੇਕਮ ਜੀ ਸੁਬਾਹ ਬੈਠੇ ਅੱਜ ਦਫ਼ਤਰ ਤੇ ਅਸੀਂ ਟੋਪਿਕ ਸ਼ੁਰੂ ਕਰ ਲਿਆ ਵੀ ਡਾਕਟਰਾਂ ਨੇ ਵਕੀਲਾਂ ਨੇ ਨਾ ਤੇ ਡਾਕਟਰਾਂ ਦੀ ਵਕੀਲਾਂ ਦੀ ਲੜਾਈ ਚੱਲ ਰਹੀ ਤੇ ਮੈਂ ਉਹਨਾਂ ਨੂੰ ਕਿਹਾ ਤੂੰ ਵਕੀਲ ਹੋਵੇ ਤੇ ਤੂੰ ਡਾਕਟਰ ਹੋਵੇ ਤੇ ਉੱਥੇ ਪੌਣਾ ਘੰਟਾ ਲੱਗੇ ਰਹੇ ਮੈਂ ਕਿਹਾ ਰਾਤ ਨੂੰ ਇਹੀ ਸ਼ੋਅ ਕਰਨਾ ਸੀ ਕਿ ਜੇ ਤੂੰ ਡਾਕਟਰ ਹੁੰਦਾ ਇਹ ਡਾਕਟਰ ਸੀ ਤੇ ਉਹਨੇ ਕਹਿਣਾ ਵਕੀਲ ਸੀ ਤੇ ਡਾਕਟਰ ਸੀ ਤੇ ਵਕੀਲ ਸੀ ਇਹ ਮੁਦੱਸਰ ਮੁਦੱਸਰ ਤੇ ਇਹ ਇਹਦਾ ਕੀ ਨਾਂ ਅਲੀ ਹਸਨ ਨੋਨੀ ਚੈਨੀ ਨੋਨੀ 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 ਚੈਨੀ ਨੋਨੀ ਚੈਨੀ ਨੋਨੀ ਚੈਨੀ ਤੂੰ ਚਾਈਨੀਜ਼ ਆ ਨਹੀਂ ਕੀ ਆ ਤੂੰ ਮੈਂ ਚਾਈਨੀਜ਼ ਆ ਮੈਂ ਲੜਾਈ ਦੇਖਣ ਆਇਆ ਅੱਛਾ ਇਹ ਵੀ ਬਹੁਤ ਅੱਛਾ ਨਾਦਰੀਨ ਗੁਰੂਕਾਰ ਬਹੁਤ ਅੱਛਾ ਹੈ ਸਿੰਗਰ ਬਹੁਤ ਅੱਛਾ ਤੇ ਚਾਹ ਅਸੀਂ ਕਹੀ ਆ ਚਾਹ ਸਾਡੀ ਆ ਰਹੀ ਆ ਹਾਂਜੀ ਇਸੇ ਚਾਹ ਜੀ ਬੈਠਾ ਹੈ ਇਸੇ ਚਾਹ ਜੀ ਆ ਬੈਠਾ ਯਾਰ ਇਹਨੂੰ ਬਸ ਕਰ ਦੇ ਇੱਕ ਹੱਥ ਵਾਲਾ ਬੋਕਸਰ ਹੁੰਦਾ ਹੀ ਯਾਰ ਉਹ ਹੈਗੇ ਆ ਇੱਕ ਹੱਥ ਵਾਲਾ ਬੋਕਸਰ ਹੈਗੇ ਯਾਰ ਤੂੰ ਇਹ ਕਹਿ ਕੇ ਦਿਨੇ ਨਾਰ ਚਲਾਇਆ ਹੁੰਦਾ ਆ ਧੁੱਪੇ ਫੁੱਲ ਚੱਲਦੇ ਯਾਰ ਬਰਾਤਾਂ ਦੇ ਚੱਲਦੇ ਯਾਰ ਨਾਰ ਤੇ ਤੂੰ ਜਦੋਂ ਮਰਜ਼ੀ ਚਲਾ ਲੈ ਨਾਰ ਦੇ ਕਿਹੜਾ ਉੱਤੇ ਮਤਲਬ ਉਹ ਨਾਈਟ ਮੂਡ ਤੇ ਲੱਗਾ ਹੁੰਦਾ ਇਹ ਸਿੰਗਰ ਹੁੰਦਾ ਸੀ ਤੇ ਐਵੇਂ ਲੋਕਾਂ ਦਾ ਬੂਹਾ ਖੜਕਾ ਕੇ ਕਹਿਣਾ ਬਾਜੀ ਤੇਰੀ ਮੰਜੀ ਥੱਲੇ ਗੰਨਾ ਤੇਰਾ ਪੁੱਤ ਬਰਾ ਲੰਮਾ ਬਾਜੀ ਦਾਲ ਤੇ ਰੋਟੀ ਸਿੱਧਾ ਹੀ ਕਹਿੰਦੇ ਰੋਟੀ ਦੇ ਇੱਕ ਮਲੰਗ ਨੂੰ ਫਿਲਮ ਸੁਣਾ ਕੇ ਉਹਨੂੰ ਕਹਿੰਦੇ ਆ ਬੋਤਲ ਪਲਾ ਇਹ ਡਾਕਟਰ ਹੁੰਦਾ ਸੀਗਾ ਤੇ ਇਹਦੇ ਆਪਣੇ ਘਰ ਦੇ ਜੀ ਇੰਨੇ ਬਿਮਾਰ ਹੁੰਦੇ ਸੀ ਵਿਹੜੇ ਵਾਲੇ ਬੰਨੇ ਸ਼ਟਰ ਲਵਾਇਆ ਦੁਕਾਨ ਅੰਦਰੋਂ ਹੀ ਚੈੱਕ ਕਰੀ ਇਹ ਵੀ ਵਕੀਲ ਹੁੰਦਾ ਸੀ ਭਾਈ ਤੇ ਆਪਣੇ ਦਫ਼ਤਰ 'ਚ ਕਾਜਲ ਦੀਆਂ ਤਸਵੀਰਾਂ ਕੀਲ ਹੁੰਦਾ ਸੀ ਤੇ ਰਾਤ ਨੂੰ ਵੀ ਬੈਠਾ ਹੋਇਆ ਮੈਂ ਕਿਹਾ ਘਰ ਨਹੀਂ ਜਾਣਾ ਕਹਿੰਦਾ ਨਹੀਂ ਅੱਜ ਰਾਤ ਲੱਗਣੀ ਥਰਮਾਮੀਟਰ ਵੀ ਰੱਖਿਆ ਟੀਕਾ ਵੀ ਰੱਖਿਆ ਰੇਪ ਵਾਲੀ ਸੂਈ ਵੀ ਰੱਖੀ ਆ ਤੇ ਇੱਥੇ ਜਿਹਦੇ ਚ ਕਾਰਤੂਸ ਨਹੀਂ ਹੁੰਦੇ ਉਹਨਾਂ ਚ ਇੰਜੈਕਸ਼ਨ ਫਸਾਏ ਆ ਡਾਕਟਰ ਹੁੰਦਾ ਸੀ ਇਹਨੂੰ ਚੰਗੇ ਛਿੱਤਰ ਪਏ ਕਿਉਂ ਇੱਕ ਬੰਦੇ ਦੀ ਪਿੰਨੀ ਨੂੰ ਬੋਤਲ ਲਾ ਕੇ ਅੱਲਾ ਖਲਾੜ ਪਿੰਨੀ ਤੇ ਕਿਹੜੀ ਬੋਤਲ ਲੱਗਦੀ ਹੈ ਇਹ ਡਾਕਟਰ ਹੁੰਦਾ ਸੀ ਤੇ ਇੱਕ ਬੰਦੇ ਨੂੰ ਪੰਜਾਂ 'ਚ ਕੈਂਸਰ ਦੀ ਦਵਾਈ ਦੇ ਕਹਿੰਦਾ ਸੌ ਆਰਾਮ ਆ ਜਾਏ ਪੰਜਾਂ ਰੁਪਏ ਚਾਰੀਆਂ ਆ ਵਕੀਲ ਸੀ ਇੱਕ ਬੰਦੇ ਦੀਆਂ ਇੰਨੀਆਂ ਤਰੀਕਾਂ ਪਾਈਆਂ ਉਹ ਕਹਿੰਦਾ ਵਕੀਲ ਸਾਹਿਬ ਜੀ ਇੰਨੀਆਂ ਤਰੀਕਾਂ ਪਾਉਣੀਆਂ ਮੈਨੂੰ ਕੋਈ ਇੱਥੇ ਕੁਆਟਰ ਲੈ ਦਿਓ ਮੇਰੇ ਕੋਲ ਨਹੀਂ ਆਇਆ ਜਾਂਦਾ ਕਚਹਿਰੀਆਂ ਜਾ ਕੇ ਕਹਿੰਦਾ ਦਾਲਾ ਦੁੱਧ ਲੱਗੀ ਜੱਜ ਬੈਠਾ ਕਹਿੰਦਾ ਇੱਥੇ ਬਾਰ ਵੀ ਕਿਉਂ ਆਉਣ ਲੱਗਾ ਵਕੀਲ ਹੁੰਦਾ ਸੀ ਤੇ ਚਮੋਟਾ ਕੱਢ ਕੇ ਮਾਰ ਕੇ ਕਹਿੰਦੇ ਆ ਹਾਜ਼ਰ ਹੋ ਅਮਦਸਰ ਭਾਈ ਡਾਕਟਰ ਹੁੰਦਾ ਸੀ ਤੇ ਆਪਰੇਸ਼ਨ ਥੀਏਟਰ 'ਚ ਸੁਲਤਾਨ ਰਾਈ ਵਾਲਾ ਕੁੜਤਾ ਪਾ ਕੇ ਉਹ ਇਹ ਵੀ ਡਾਕਟਰ ਹੁੰਦਾ ਸੀ ਅੱਛਾ ਜੀ ਮੈਨੂੰ ਵੀ ਨਾ ਫਸਾ ਦੀ
ਅਮਦਸਰ ਭਾਈ ਡਾਕਟਰ ਹੁੰਦੇ ਸੀਗੇ, ਇੱਕ ਮਰੀਜ਼ ਆਇਆ ਤੇ ਉਹਨੂੰ ਸੁਣ ਕਰਕੇ ਉਹਦੇ ਸਾਰੇ ਪੈਸੇ ਕੱਢ ਲਏ। ਭਾਈ ਕੋਈ ਡਾਕਟਰ ਹੁੰਦਾ ਸੀ, ਇੰਨਾ ਸ਼ੌਕ ਸੀ ਡਾਕਟਰ ਬਣਨ ਦਾ, ਬਾਂਹ ਤੇ ਡੀ ਲਗਾ ਬੇਟਾ, ਬਾਂਹ ਤੇ ਡੀ ਲਗਾਇਆ ਡਾਕਟਰ। ਆ ਵੀ ਡਾਕਟਰ ਹੁੰਦਾ ਸੀ ਤੇ ਬਾਹਰ ਤੌਲੀਏ ਟੰਗੇ ਯਾਰ। ਆਹੋ ਹਮਾਮ ਸੀ ਉਹਦਾ। ਆਹੋ ਆ ਵੀ ਭਾਈ ਡਾਕਟਰ ਹੁੰਦਾ ਸੀ ਤੇ ਪਿੰਡ ਦੇ ਦਾਦੇ ਘੁੱਟਦਾ ਹੁੰਦਾ ਸੀ। ਇਹ ਡਾਕਟਰ ਹੁੰਦਾ ਸੀ ਤੇ ਇਹਨੂੰ ਮਰੀਜ਼ ਕੋਲੋਂ ਹੀ ਬੜੇ ਛਿੱਤਰ ਪਏ। ਕਿਉਂ? ਉਹਨਾਂ ਨੇ ਕਿਹਾ ਦਵਾਈ ਪੀਸ ਕੇ ਦੇਈ ਤੇ ਦੰਦਾਂ ਨਾਲ ਹੀ ਪੀਸ ਪੀਸ ਕੇ ਗਿੱਲੀ ਕਰ ਕਰਕੇ ਦੇਈ ਜਾ ਰਿਹਾ। ਇਹ ਭਾਈ ਡਾਕਟਰ ਹੁੰਦਾ ਸੀ ਤੇ ਵੈਸੇ ਬੰਦਾ ਬੇਹੋਸ਼ ਹੋਇਆ ਤੇ ਉਹਦੀ ਨਬਜ਼ ਫੜ ਕੇ ਕਹਿੰਦਾ ਸੋਰੀ ਯਾਰਾ। ਯਾਰ ਇਹਨੂੰ ਚਾਹ ਸੀ ਕਿ ਮੇਰੇ ਤੇ ਵੀ ਮੌਕਾ ਆਵੇ ਕਿ ਮੈਂ ਵੀ ਕਵਾਂ ਸੌਰੀ। ਉਹਦੇ ਘਰਦਿਆਂ ਨੇ ਪੁੱਛਿਆ ਕੀ ਬਣਿਆ, ਕਹਿੰਦਾ ਸੋਰੀ। ਆ ਵੀ ਭਾਈ ਡਾਕਟਰ ਹੁੰਦਾ ਸੀਗਾ ਤੇ ਪਿੰਡ 'ਚ ਨਾਈਆਂ ਵਾਲੇ ਝੋਲੇ 'ਚ ਸਮਾਨ ਪਾ ਕੇ ਫਿਰਨ ਡਿਆ। ਡਾਕਟਰ ਹੁੰਦਾ ਸੀ ਤੇ ਉਹ ਜਿਹੜਾ ਕੰਨਾਂ 'ਚ ਉਹ ਜਿਹਦੇ ਨਾਲ ਉਹ ਚੈੱਕ ਕਰਦੇ ਸਟੈਥੋਸਕੋਪ, ਅਜ਼ਾਨ ਹੁੰਦੀ ਤੇ ਉਹ ਸਿਰ ਤੇ ਲੈਣ ਲੱਗਦਾ। ਇਹ ਭਾਈ ਵੀ ਡਾਕਟਰ ਹੁੰਦਾ ਸੀ, ਇੱਕ ਬੰਦਾ ਕਹਿੰਦਾ ਮੇਰੇ ਸਿਰ 'ਚ ਦਰਦ ਹੁੰਦਾ, ਉਹਦੇ ਸਿਰ 'ਚ ਟੀਕਾ ਲਾ। ਆਈ ਭਾਈ ਡਾਕਟਰ ਸੀਗਾ, ਇਹਨੇ ਇੱਕ ਬੰਦਾ ਬੁਖਾਰ ਚੈੱਕ ਕਰਾਉਣ ਆਇਆ ਤੇ ਉਹਦਾ ਸਟਾਰ 111 ਮਿਲਾ ਲਿਆ, ਉਹਦਾ ਬੈਲੈਂਸ ਚੈੱਕ ਕਰਤਾ। ਇਹ ਆ ਭਾਈ ਡਾਕਟਰ ਹੁੰਦਾ ਸੀਗਾ ਤੇ ਇਹਦੇ ਕੋਲ ਇੱਕ ਬੰਦਾ ਆਇਆ, ਕਹਿੰਦਾ ਯਾਰ ਮੇਰੇ ਅੱਬੂ ਦਾ ਨਾ ਬੁਖਾਰ ਨਹੀਂ ਘਟਣ ਦਿਆ, ਕਹਿੰਦਾ ਉਹਨੂੰ ਡਿਮਰ ਲਵਾ ਦੇ ਪੱਖੇ ਵਾਲਾ। ਆ ਵੀ ਡਾਕਟਰ ਹੁੰਦਾ ਸੀ, ਇੱਕ ਬੰਦਾ ਆਣ ਕਹਿੰਦਾ ਮੈਨੂੰ ਪੱਥਰੀ ਆ, ਉਹਨੂੰ ਕਹਿੰਦਾ ਸੁਬਹ ਸੁਬਹ ਘੰਟਾ ਕੁ ਰੋਡ ਤੇ ਬਿਆ ਕਰ। ਇਹਨੂੰ ਪੱਥਰੀ ਹੋ ਗਈ ਤੇ ਡਾਕਟਰ ਕੋਲੋਂ ਕਢਾਣ ਗਿਆ, ਨਾਲ ਟਰਾਲੀ ਲੈ ਕੇ ਜਾਂਦੇ, ਕਹਿੰਦਾ ਇਹ ਚ ਰੱਖ ਕੇ ਲਿਆਣੀ। ਯਾਰ ਕਿੰਨੀ ਕੁ ਸਿਹਤ ਹੈ, ਕਿੰਨੀ ਕੁ ਨਿਕਲ ਆਉਣੀ ਆ ਯਾਰ ਇਹ ਗੱਲ ਨਾ ਘਰ ਤੋਂ। ਜਿੰਨੀ ਵੀ ਨਿਕਲ ਆਉਣੀ। ਡਾਕਟਰ ਹੁੰਦਾ ਸੀ ਤੇ ਨਾਲ ਬੱਚੇ ਵੀਡੀਓ ਗੇਮ ਦੇ ਸਿੱਕੇ ਵੀ ਮੰਗਣ ਦੇ। ਇਹ ਪਿੰਡ ਦਾ ਡਾਕਟਰ ਹੁੰਦਾ ਸੀ ਤੇ ਐਮਰਜੈਂਸੀ ਜਾਂਦਾ ਤੇ ਮੂੰਹ ਨੇ ਕਰਦੇ ਆ ਐ ਡਾਕਟਰ ਗਰੀਬ ਸਾਈਕਲ ਤੇ। ਇਹ ਡਾਕਟਰ ਹੁੰਦਾ ਸੀ ਤੇ ਕਹਿੰਦਾ ਇੱਕ ਡਾਕਟਰੀ ਤੇ ਇੱਕ ਸਮੋਸੇ ਕੱਢਣਾ ਬਹੁਤ ਔਖਾ ਕੰਮ ਆ। ਉਹ ਜਿਹਦਾ ਬਲੱਡ ਪ੍ਰੈਸ਼ਰ ਨਹੀਂ ਚੈੱਕ ਕਰੀਦਾ। ਹਾਂਜੀ ਉਹ ਅੱਗੋਂ ਲਾ ਕੇ ਨਾ ਤੇ ਸਾਈਕਲ ਦੀ ਪਿੰਨ ਲਾ ਕੇ ਤੇ ਝੁਮਾ ਭਰਦੇ ਐਸਾ ਲਾਹਤੀ। ਡਾਕਟਰ ਸੀ ਇਹਦਾ ਸਖਾ ਭਰਾ ਇਹਦੇ ਕੋਲ ਦਵਾਈ ਲੈਣ ਆ ਗਿਆ ਤੇ ਉਹਨੂੰ ਕਹਿੰਦੇ ਆਪਣਾ ਨਾਮ ਦੱਸ। ਮੈਨੂੰ ਕੰਮ ਆ ਇਹਦਾ ਡਾਕਟਰ ਉੱਥੇ ਆ ਮੇਰਾ ਸਾਲਾ ਉੱਥੇ ਰਹਿੰਦਾ। ਇਹ ਕਹਿੰਦਾ ਵਕੀਲ ਸੀ ਤੇ ਕੇਸ ਕੂਸ ਜਿੱਤ ਕੇ ਨਾ ਫੋਰਨ ਤੇ ਸਾਈਡ ਤੇ ਲਿਜਾ ਕੇ ਨਾ ਤੇ ਜਿਹੜੀ ਮਦਈ ਪਾਰਟੀ ਜਿਹੜਾ ਉਹਨਾਂ ਨੂੰ ਕਹਿੰਦੇ ਲਓ ਜੀ ਕੇਸ ਤੇ ਜਿੱਤ ਗਏ ਆ, ਮੇਰੇ ਕੋਲ ਛੋਟੀ ਮੱਖੀ ਦਾ ਸ਼ਹਿਦ ਵੀ ਹੁੰਦਾ। ਉਹ ਵੀ ਮੈਂ ਹਾਜ਼ਰ ਆ ਕੋਈ ਹੋਵੇ ਮਸਲਾ। ਵਕੀਲ ਬਣ ਗਿਆ ਤੇ ਇੰਨਾ ਕੰਮ ਕੁੰਮ ਚੱਲਿਆ ਨਹੀਂ ਤੇ ਨਾਲ ਆਪਣੇ ਚੈਂਬਰ 'ਚ ਫਾਲਾਂ ਵਾਲਾ ਤੋਤਾ ਵੀ ਰੱਖਿਆ। ਆਹੋ ਵਕੀਲ ਸੀਗਾ ਤੇ ਕੇਸ ਜਿਤਾਤਾ ਤੇ ਬੜੀ ਖੁਸ਼ੀ ਨਾਲ ਕਹਿੰਦਾ ਹੁਣ ਮੈਨੂੰ 20 ਦੀ ਚਿਸ ਲੈ ਦੇ। ਇਹ ਵੀ ਵਕੀਲ ਸੀਗਾ, ਪਹਿਲਾਂ ਹੀ ਕੇਸ ਜਿੱਤਿਆ ਤੇ ਕਚਹਿਰੀਆਂ 'ਚ ਦੇਗਾਂ ਲਾਉਂਦੇ ਆ। ਵਕੀਲ ਸੀ ਤੇ ਇਹਨੂੰ ਫਾਂਸੀ ਦੀ ਸਜ਼ਾ ਹੋ ਗਈ, ਇੱਕ ਕੇਸ ਜਿੱਤਿਆ ਇਹਨੇ ਨਾਰ ਘੁਮਾਤਾ ਉਹ ਜੱਜ ਦੀਆਂ ਅੱਖਾਂ 'ਚ ਛਿੱਟਾ ਪਿਆ। ਵਕੀਲ ਸੀਗਾ ਤੇ ਪਹਿਲਾਂ ਕੇਸ ਜਿੱਤਿਆ ਤੇ ਬੜਕਾ ਮਾਰਨ ਲੱਗ ਪਿਆ, ਲੱਤ ਪਾ ਦਿਆਂਗੇ। ਇਹ ਵੀ ਵਕੀਲ ਸੀਗਾ ਤੇ ਪਹਿਲਾਂ ਕੇਸ ਜਿੱਤਿਆ ਤੇ ਜੱਜ ਤੇ ਕਾਪੀ ਮਾਰਤੀ। ਆ ਵੀ ਵਕੀਲ ਸੀਗਾ ਤੇ ਪਹਿਲਾਂ ਕੇਸ ਜਿੱਤਿਆ ਤੇ ਵੇਲਾ ਕਰਵਾਉਣ ਲੱਗ ਪਿਆ, ਕਚਹਿਰੀਆਂ ਚ ਘੁੰਗਰੂ ਪਾ ਕੇ ਫਿਰ। ਯਾਰ ਇਹ ਵੀ ਵਕੀਲ ਹੁੰਦਾ ਸੀ, ਹਰ ਕੇਸ ਤੋਂ ਬਾਅਦ ਐ ਕਰਦਾ ਹੁੰਦਾ ਸੀ ਆਹ ਜੀ ਆ ਜਿੱਤ ਗਏ। $302
ਕੇਸ ਚੱਲਣ ਦਿਆ ਤੇ ਉੱਠ ਕੇ ਕਹਿੰਦਾ ਜੱਜ ਸਾਹਿਬ ਮੈਂ ਇੱਕ ਮਿੰਟ ਤੁਹਾਡੀ ਗੱਲ ਕੱਟ ਦਾਂ ਖੈਰ ਹੋ ਡਾਕਟਰ ਬਣ ਗਿਆ ਤੇ ਉਹ ਜਿਹੜੀ ਆਪਣੀ ਘੁੰਮਣ ਵਾਲੀ ਕੁਰਸੀ ਨੀ ਉਹਦੇ ਚ ਅੰਡਰ ਪਾਸ ਚ ਝੂਟ ਲੈਂਦੇ ਇਧਰੋਂ ਉੱਤੇ ਜਾ ਰਹੇ ਉਧਰੋਂ ਥੱਲੇ ਆ ਰਹੇ ਆਹ ਭਾਈ ਵਕੀਲ ਸੀਗਾ ਤੇ ਜਿੱਦਣ ਕੇਸ ਲੈਣਾ ਵੱਡਾ ਗੋਸ਼ ਖਾ ਕੇ ਦਾੜ ਸਜਾ ਲਈ ਡਾਕਟਰ ਸੀਗਾ ਇੱਕ ਬੁੱਢੀ ਨੇ ਦਵਾਈ ਲਈ ਕਹਿੰਦੀ ਹੋ ਮੱਚ ਪ੍ਰਾਈਜ ਕਹਿੰਦਾ ਸ਼ੁਕਰ ਅੱਲਾ ਆ ਵਕੀਲ ਸੀਗਾ ਤੇ ਉਸੇ ਕੋਲ ਅਪਰਾਧ ਵੇਖ ਹੋਇਆ ਇਹ ਵਕੀਲ ਸੀਗਾ ਤੇ ਕਚਹਿਰੀਓ ਸਿੱਟੇ ਵਾਲੀ ਛਲੀ ਲੱਭਣ ਦੇ ਉਹਨੇ ਯਾਰ ਜੀ ਕਰ ਰਿਹਾ ਨਹੀਂ ਨਹੀਂ ਉਹ ਪਲਾ ਕਿਹੜੇ ਸਿੱਟੇ ਵਾਲੀ ਕੋਈ ਨਹੀਂ ਕੋਈ ਸਿੱਟੇ ਤੇ ਮੈਂ ਚੁੱਕਾ ਸਿੱਟੀਆਂ ਸ਼ੈਵਾਂ ਉਹਨੇ ਕਹੇ ਕਿਹੜੀ ਛਲੀ ਕਹਿੰਦਾ ਸਿੱਟੇ ਵਾਲੀ ਅੰਮ੍ਰਿਤਸਰ ਭਾਈ ਡਾਕਟਰ ਹੁੰਦਾ ਸੀ ਤੇ ਆਪਣੇ ਕਲੀਨਿਕ 'ਚ ਬੁੱਢੀਆਂ ਵਾਲਾ ਕੱਪੜੇ ਪਾ ਕੇ ਬੈਠਾ ਮੈਂ ਕਿਹਾ ਇਹ ਕਾਹਤੋਂ ਪਾਏ ਕਹਿੰਦਾ ਮੈਂ ਨਰਸ ਨਹੀਂ ਨਾ ਅਫੋਰਡ ਕਰ ਸਕਦਾ ਤੇ ਆਪ ਹੀ ਬਣਿਆ ਆ ਭਾਈ ਵਕੀਲ ਸੀਗਾ ਤੇ ਪਹਿਲੇ ਦਿਨ ਕੇਸ ਆਇਆ ਤੇ ਖੁਸ਼ੀ ਨਾਲ ਗੁੰਗਾ ਹੋ ਗਿਆ ਕੇਸ ਸੀ ਤੇ ਥੱਥਾ ਸੀਗਾ ਅੱਛਾ ਵਕੀਲ ਸੀ ਤੇ ਕਚਹਿਰੀ ਕੋਰਟ ਦੇ ਥੱਲੇ ਸ਼ਲਵਾਰ ਪਾ ਕੇ ਫਿਰ ਰਹੇ ਵਕੀਲ ਸੀ ਤੇ ਕੇਸ ਲੜਨ ਗਿਆ ਤੇ ਸਰਦੀਆਂ 'ਚ ਹੁੱਡ ਪਾ ਗਿਆ ਥੱਲੋਂ ਵਕੀਲ ਸੀ ਤੇ ਕੈਂਚੀ ਚੱਪਲ ਪਾ ਕੇ ਫਿਰ ਰਹੇ ਵਕੀਲ ਸੀ ਤੇ ਮਫਰਲ ਲਿਆ ਅੱਛਾ ਵਕੀਲ ਸੀ ਤੇ ਚੈਂਬਰ ਦੇ ਬਾਹਰ ਨਾ ਜੁਲਰੀ ਵੀ ਲਾਈ ਥੋੜੀ ਵਕੀਲ ਸੀ ਤੇ ਗਰਮੀਆਂ 'ਚ ਹਾਫ ਬਾਜ਼ੂ ਕੋਟ ਸਵਾ ਲਿਆ ਵਕੀਲ ਸੀ ਤੇ ਕੰਚ ਵਾਲੀ ਪਾਈ ਲੈ ਵਕੀਲ ਸੀ ਤੇ ਲੰਗੜਾ ਸੀ ਇਹ ਵਕੀਲ ਸੀ ਤੇ ਚੌਂਸਾ ਸੀ ਨਾ ਗੱਲਾਂ ਨਾ ਦਿੰਦੇ ਕਿਹਦਾ ਲੰਗੜਾ ਸੀ ਕਿਹਦਾ ਚੌਂਸਾ ਸੀ ਵਕੀਲ ਸੀ ਤੇ ਨਹਾਉਂਦਾ ਨਹੀਂ ਸੀ ਵਕੀਲ ਸੀ ਤੇ ਐਡੇ ਐਡੇ ਵਾਲ ਲੱਗੇ ਸੀ ਪੋਨੀ ਵੀ ਪਾਈ ਵਿੱਚ ਵਕੀਲ ਸੀ ਤੇ ਵਾਲ ਝੜਦੇ ਸੀ ਯਾਰ ਮਰੇ ਵਕੀਲ ਸੀ ਤੇ ਨਾਮ ਅਜੇ ਰੱਖਿਆ ਵਕੀਲ ਸੀ ਤੇ ਘਰ ਨਾ ਜਾਵੇ ਮੈਂ ਕਿਹਾ ਕੀ ਹੋਇਆ ਕਹਿੰਦਾ ਮੇਰੀ ਬੁੱਢੀ ਡਾਕਟਰ ਆ ਇਹਦਾ ਕੀ ਤਲਕ ਆ ਉਹ ਲੜਾਈ ਚੱਲ ਰਹੀ ਹੈ ਨਾ ਅੱਜ ਕੱਲ੍ਹ ਵਕੀਲ ਅੱਛਾ 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 ਉਹ ਬਰੋ ਲੱਗਾ ਤਾਂ ਮੇਰੀ ਬੁੱਢੀ ਡਾਕਟਰ ਵਕੀਲ ਸੀ ਤੇ ਤੁਰਿਆ ਹੀ ਜਾਵੇ ਮੈਂ ਕਿਹਾ ਕਿੱਧਰ ਕਹਿੰਦਾ ਤਰੀਕ ਆ ਆਪਣੀ ਤਰੀਕ ਇਹ ਵੀ ਵਕੀਲ ਸੀ ਤੇ ਪਹਿਲਾ ਕੇਸ ਹੀ ਏਡਾ ਭਾਰਾ ਫੜ ਲਿਆ ਆਪ ਵੀ ਅੰਦਰ ਹੋ ਗਿਆ ਨਵਾਂ ਨਵਾਂ ਵਿਆਹ ਆਇਆ ਉਹਨਾਂ ਦੇ ਘਰ ਚਲਾ ਗਿਆ ਕਹਿੰਦਾ ਬੱਚੀ ਨੂੰ ਤਲਾਕ ਕਰਾਉਣੀ ਮੈਨੂੰ ਦੱਸਣਾ ਮੈਨੂੰ ਕੇਸ ਦਿਓ ਤੁਸੀਂ ਕਿਹਨੂੰ ਦੇਣਾ ਭਾਈ ਇਹ ਮਲੇਦਾਰ ਜਾ ਕੇ ਉਹਨੂੰ ਕਹਿ ਯਾਨੀ ਹਾਲੇ ਉਹ ਆ ਮਹਿੰਦੀ ਮਹਿੰਦੀ ਤੋਂ ਬਾਅਦ ਵਲੀਮਾ ਵਾ ਤੇ ਵਲੀਮੇ ਦੇ ਮੁੰਡੇ ਦੇ ਪਿਓ ਨੂੰ ਕਹਿ ਰਿਹਾ ਗੱਲ ਲੜਾਈ ਸੌ ਲੜਾਈਆਂ ਹੋ ਜਾਂਦੀਆਂ ਨੇ ਕਿਤੇ ਤਲਾਕ ਤਾਂ ਗੱਲ ਪਹੁੰਚਣੇ ਤੇ ਭਰਾ ਨੂੰ ਯਾਦ ਕਰਨਾ ਉਹਨੇ ਚਪੇੜ ਮਾਰੀ ਅੱਛਾ ਡਾਕਟਰ ਸੀ ਤੇ ਲਾਸ਼ ਲੈ ਕੇ ਆ ਗਿਆ ਇੱਕ ਬੰਦਾ ਉਹਨੇ ਦੱਸਿਆ ਨਹੀਂ ਮਰਿਆ ਡਾਕਟਰ ਸੀ ਤੇ ਲਾਸ਼ ਲੈ ਕੇ ਆ ਗਿਆ ਤੇ ਕੋਈ ਭੁੱਖ ਪਈ ਹੈ ਤੇ ਉਹਦੀ ਨਬਜ਼ ਫੜ ਕੇ ਕਹਿੰਦਾ 3,000 ਰੁਪਏ ਲੱਗੇਗਾ ਜਿਹੜਾ ਕਬਰਾਂ 'ਚ ਬਾਬਾ ਨਹੀਂ ਹੁੰਦਾ ਕਹਿੰਦਾ ਕਬਰਸਤਾਨਾਂ ਦਾ ਡੀਜੇ ਆ ਗੌਰ ਕਹਿੰਦਾ ਇੱਕ ਦੋਸਤ ਦੀ ਕਬਰ ਦੀ ਜਗ੍ਹਾ ਲੈਣ ਗਿਆ ਤੇ ਉਹ ਕਹਿੰਦਾ ਕਿਹਦੇ ਵਾਸਤੇ ਚਾਹੀਦੀ ਆ ਕਹਿੰਦਾ ਯਾਰ ਇਹੀ ਸਮਝ ਕਿ ਮੇਰੇ ਵਾਸਤੇ ਚਾਹੀਦੀ ਭਰਾ ਹੀ ਆਪਣਾ ਜਿੱਦਾਂ ਕਈ ਕਹਿੰਦਾ ਨਾ ਆਹੋ ਬੱਲਾ ਕਹਿੰਦਾ ਆਹੋ ਯਾਰ ਤੂੰ ਇਹ ਸਮਝ ਕਿ ਮੈਨੂੰ ਚਾਹੀਦੀ ਇਹਨੂੰ ਇੱਕ ਬੰਦਾ ਕਹਿੰਦਾ ਜਗ੍ਹਾ ਚਾਹੀਦੀ ਆ ਕਹਿੰਦਾ ਆਹੋ ਲੈ ਛੱਤੀ ਨਹੀਂ ਗਈ
ਆਹੋ 34 ਵਾਲੇ ਇਹਨਾਂ ਦੇ ਬਾਜੀ ਆਪਣੇ ਚੰਡਲਾ ਨੂੰ ਫੰਡ ਲੱਗ ਜਾਂਦੇ ਆਹੋ ਅਮਦਸਰ ਭਾਈ ਆਪਣੇ ਦੋਸਤਾਂ ਨੂੰ ਕਹਿੰਦਾ ਮੈਨੂੰ OLX ਤੇ ਫਾਲੋ ਕਰੋ ਕਾਰੋਬਾਰ ਫੂਡ ਪਾਂਡਾ ਚ ਲੱਗ ਗਿਆ ਤੇ ਪੈਦਲ ਚੀਜ਼ਾਂ ਦੇਣ ਜਾ ਰਿਹਾ ਮੋਟਰਸਾਈਕਲ ਨਹੀਂ ਜਿਹਦਾ ਆਰਡਰ ਨਵੇਂ ਨਵੇਂ ਫੂਡ ਲੈ ਲਏ ਇਹਨੇ ਤੇ ਚਾਹ ਚ ਫਿਰੀ ਜਾ ਰਿਹਾ ਮੈਂ ਕਿਹਾ ਯਾਰ ਮੋਟਰਸਾਈਕਲ ਲੈ ਜਾ ਕਹਿੰਦਾ ਕੋਈ ਨੀ ਮੈਂ ਬੂਟ ਪਾਏ ਆ ਫੂਡ ਪਾਂਡਾ ਵਾਲਿਆਂ ਨੂੰ ਕਹਿੰਦੇ ਦਰਬਾਰਾ ਤੋਂ ਵੀ ਲੰਗਰ ਘਰ ਦੇ ਜਾਂਦੇ ਫੂਡ ਪਾਂਡਾ ਜੇ ਲੱਗ ਗਿਆ ਤੇ ਮੈਨੂੰ ਸੜਕ ਪਾਰ ਕਰਾਉਣ ਦੇ ਆ ਰੋ ਵਾਲੇ ਨੂੰ ਜਾ ਕੇ ਕਹੀਏ ਵੀ ਮਿੱਠੀਆਂ ਡਾਂਗਾਂ ਨੀ ਪਈਆਂ ਇਹਦੀ ਮਸ਼ਹੂਰ ਫੂਡ ਪਾਂਡਾ ਚ ਲੱਗ ਗਿਆ ਤੇ ਪਿੱਛੇ ਹਜ਼ਾਰ ਰੱਖ ਲੈ ਉਹ ਡੱਬੇ ਚ ਇਹ ਕਰੀਮ ਚ ਸੀ ਪਹਿਲੇ ਉਹ ਕਿਸੇ ਨੇ ਫੋਨ ਕੀਤਾ ਤੇ ਪੈਦਲ ਹੀ ਜਾ ਕੇ ਨਾ ਉਹਦੇ ਬੂਹਾ ਖੜਕਾ ਦਿੱਤਾ ਉਹ ਕਹਿੰਦਾ ਗੱਡੀ ਕਹਿੰਦਾ ਨਹੀਂ ਆਜੋ ਗੱਲਾਂ ਕਰਦੇ ਚੱਲਦੇ ਇਹਨੂੰ ਕਿਸੇ ਨੇ ਪੁੱਛਿਆ ਕਰੀਮ ਵਾਲੇ ਬਿਸਕੁਟ ਖਾਧੇ ਜਾਂ ਕਹਿੰਦਾ ਮੈਂ ਉਬਰ ਵਾਲੇ ਵੀ ਖਾਧੇ ਪਿੰਡੋ ਨਵਾਂ ਨਵਾਂ ਆਇਆ ਤੇ ਪਤਾ ਨਹੀਂ ਸੀ ਇੰਨਾ ਹੁੰਦਾ ਸਟਿੰਗ ਨਾਲ ਸਿਰ ਧੋ ਲਿਆ ਇਹਨੇ ਕਿਹਾ ਸ਼ਾਇਦ ਉਹ ਬਾਬੇ ਬੀਰ ਅੱਬੂ ਜ਼ਰੀ ਦਾ ਸ਼ੈਂਪੂ ਲਾਲ ਰੰਗ ਦਾ ਇਹਦੇ ਘਰ ਪਰਾਉਣੇ ਆਏ ਤਾਂ ਭੱਜ ਕੇ ਦਾਲ ਤੇ ਰੋਟੀ ਲੈ ਆਇਆ ਉਹ ਕਹਿੰਦੇ ਯਾਰ ਕੋਈ ਕਸਟਰਡ ਕੁਸਟਰ ਲੈਣਾ ਸੀ ਕਹਿੰਦਾ ਉਹ ਕਿਹੜੇ ਕੋਈ ਵੰਡਦਾ ਇਹਨਾਂ ਘਰ ਪਰਾਉਣੇ ਆਏ ਤੇ ਉਹਨਾਂ ਨੂੰ ਕਹਿੰਦਾ ਪਾਓ 20-20 ਬੋਤਲ ਮੰਗਾਈ ਇਹਨਾਂ ਘਰ ਪਰਾਉਣੇ ਆਏ ਤੇ ਰਾਨ ਆਉਂਦੀਆਂ ਜਰਾਬਾਂ ਪਾ ਕੇ ਬਾਹਰੋਂ ਫਿਰ ਆਇਆ ਆ ਵਕੀਲ ਹੁੰਦਾ ਸੀ ਥੱਲੇ ਬਾਜਿਆਂ ਵਾਲੇ ਬੂਟ ਪਾਏ ਫਿਰ ਆ ਗਏ ਵਕੀਲ ਤੇ ਫਿਰ ਵਕੀਲ ਤੇ ਇਹ ਡਾਕਟਰ ਹੁੰਦਾ ਸੀ ਸਾਰਾ ਦਿਹਾੜੀ ਕੋਈ ਮਰੀਜ਼ ਨਹੀਂ ਆਇਆ ਸ਼ਾਮ ਨੂੰ ਦੁਕਾਨ ਬੰਦ ਕਰਨ ਲੱਗਾ ਇੱਕ ਬੰਦਾ ਕਹਿੰਦਾ ਮੇਰੇ ਸਿਰ 'ਚ ਦਰਦ ਹੁੰਦੀ ਕਹਿੰਦਾ ਫਿਰ ਮੈਂ ਕੀ ਕਰਾਂ ਦੁਕਾਨ ਬੰਦ ਖਾਓ ਤੁਸੀਂ ਡਾਕਟਰ ਸੀਗਾ ਇਹਦਾ ਇੰਨਾ ਕੰਮ ਚੱਲਦਾ ਸੀ ਇੰਨਾ ਰਸ਼ ਆਪ ਕਲੀਨਿਕ ਤੋਂ ਬਾਹਰ ਬੈਠਾ ਡਾਕਟਰ ਹੁੰਦਾ ਸੀ ਤੇ ਸਾਰੀ ਦਿਹਾੜੀ ਵਿਹਲਾ ਬੈਠਾ ਸਾਰੀ ਦਿਹਾੜੀ ਵਿਹਲਾ ਤੇ ਟੀਕੇ ਭਰ ਭਰ ਕੇ ਨਾ ਧਾਰਨਾ ਕੰਨ ਤੇ ਆਪਣਾ ਨਾਮ ਲਿਖਣਾ ਬੜੀ ਕਮਾਈ ਕਰਦੇ ਕਹਿੰਦਾ ਜਿਹੜੇ ਹਫਾਜ਼ਤੀ ਟੀਕੇ ਲੱਗਦੇ ਨਾ ਇਹ ਲਵਾ ਲਓ ਫਿਰ ਡਾਕੂ ਡੁਕੂ ਨੀ ਪੈਂਦੇ ਇਹਦਾ ਆਪੂ ਕਹਿੰਦਾ ਮੈਨੂੰ ਹੁਣ ਘਰ ਹੀ ਲਵਾ ਦੋ ਉਹਨੂੰ ਕਹਿੰਦਾ ਤੈਨੂੰ ਹੱਥ ਕਰੀ ਨਾ ਲਵਾ ਇਹਦਾ ਅੱਬੂ ਵੀ ਕਹਿੰਦਾ ਸੀ ਘੜੀ ਲਵਾ ਦੋ ਇਹਨਾਂ ਨੇ ਉਹਨੂੰ ਘੜੀ ਦੀ ਘੜੀ ਲਵਾ ਦਿੱਤੀ ਇਹਦਾ ਅੱਬੂ ਕਹਿੰਦਾ ਯਾਰ ਹੁਣ ਮੈਨੂੰ ਮੰਜੀ ਦਾ ਵਾਣ ਚੁੱਭਦਾ ਆ ਤੇ ਉਹਨੂੰ ਜੰਪ ਤੇ ਬਿਸਤਰਾ ਕਰਦਾ ਹੈਲੀਕਾਪਟਰ ਲੈ ਲਿਆ ਤੇ ਉਹ 2.5 ਲੱਖ ਲਿਖਾਇਆ ਯਾਰ ਸੱਪਾਂ ਵਗੈਰਾ ਇਹੋ ਜਿਹੇ ਬੰਦੇ ਦਾ ਡੈਵੋ ਵਾਲੇ ਨਾਲ ਰਫੜ ਹੁੰਦਾ ਭਾਈ ਲਾਹੌਰ ਜਾਣਾ ਪਰ ਮੇਰੇ ਕੋਲ ਗੰਨੇ ਵੀ ਆ ਸਹੀ ਗੱਲ ਮੇਰੀ ਜਹਾਜ਼ ਬੇਟਾ ਤੇ ਕਿਰਾਏ ਤੋਂ ਲੜ ਕੇ ਥੱਲੇ ਉਤਰ ਗਿਆ ਤੁਹਾਡਾ ਕਿਰਾਇਆ ਬਹੁਤ ਆ ਡਾਕਟਰ ਹੁੰਦਾ ਸੀ ਤੇ ਥੋੜਾ ਥੋੜਾ ਅੰਨਾ ਵੀ ਹੁੰਦਾ ਥੋੜਾ ਥੋੜਾ ਅੰਨਾ ਤੇ ਖਾਲੀ ਬੈੱਡ ਤੇ ਬੋਤਲ ਲਾਈ ਕੋਈ ਵੀ ਸਰਾੜੇ ਚ ਸੂਈ ਦਿੱਤੀ ਵੇਟਰ ਸੀ ਤੇ ਫਾਫਟਾ ਚ ਲੱਗ ਗਿਆ ਤੇ ਬਿੱਲ ਦੇਣ ਜਾ ਰਿਹਾ ਤੇ ਕਾਪੀ ਚੱਲ ਗਿਆ ਸ਼ਾਇਦ ਬਿੱਲ ਲੈ ਕੇ ਕੋਈ 10-20 ਰੱਖ ਦੇਣਾ ਇਹਨੇ ਵੀ ਅੱਛੀ ਹੋਟਲ ਚ ਖਾਣਾ ਖਾ ਲਿਆ ਤੇ ਉਹਨਾਂ ਨੂੰ ਹੁਣ ਵੇਟਰ ਬਿੱਲ ਲੈ ਗਿਆ ਤੇ ਉਹਨੂੰ ਪੁੱਛਣ ਦੇ ਇਹਦੀ ਆਖਰੀ ਤਰੀਕ ਕਿੱਦਣ ਉਹਨੇ ਕਿਹਾ ਇਹਦੀ ਆਖਰੀ ਤਰੀਕ ਨਹੀਂ ਇਹਦਾ ਆਖਰੀ ਟਾਈਮ ਹੀ ਹੈ ਬਸ ਉਹ ਸ਼ਨਾਖਤੀ ਕਾਰਡ ਵਾਲੀ ਬਣਵਾਉਣ ਗਿਆ ਹੈ ਤੇ ਲੈਣ 'ਚ ਖੱਪ ਪਾਈ ਕਹਿੰਦਾ ਮੇਰਾ 5,000 ਡਿੱਗ ਗਿਆ ਨਹੀਂ ਸ਼ਨਾਖਤੀ ਕਾਰਡ ਬਣਵਾਉਣ ਗਿਆ ਤੇ ਲੈਣ 'ਚ ਖੱਪ ਪਾਈ ਕਹਿੰਦਾ ਮੇਰਾ ਪਾਸਪੋਰਟ ਡਿੱਗ ਪਿਆ ਇਹਨੂੰ ਖੋਤੇ ਨੇ ਲੱਤ ਮਾਰੀ ਤੇ ਉਹਨੂੰ ਕਹਿੰਦਾ ਉਹ ਹੀ ਫਿਰ ਖੋਤਿਆਂ ਵਾਲੀ
ਇਹ ਸ਼ਨਾਤੀ ਕਾਰਡ ਬਣਾਉਣਗੇ ਨਹੀਂ ਨਹੀਂ ਸ਼ਨਾਤੀ ਕਾਰਡ ਬਣਾਉਣਗੇ ਉਹਨਾਂ ਨੇ ਕਿਹਾ ਜਿੱਥੇ ਬੈਠੋ ਤਸਵੀਰ ਖਿੱਚੋ ਤੇ ਉਹਨਾਂ ਦਾ ਕੈਮਰਾ ਫੜ ਕੇ ਨਾ ਤੇ ਸੈਲਫੀ ਬਣਾ ਰਹੇ ਨਹੀਂ ਸ਼ਨਾਤੀ ਕਾਰਡ ਬਣਾਉਣਗੇ ਤੇ ਉੱਥੇ ਐ ਤਸਵੀਰ ਖਿਚਾਉਣ ਦਿਆ ਜਦੋਂ ਪੀਟੀਏ ਤੇ ਜਲਸੇ ਜਾ ਰਹੇ ਸ਼ਨਾਤੀ ਕਾਰਡ ਬਣਾਉਣਗੇ ਉਹਨਾਂ ਨੇ ਕਿਹਾ ਤਸਵੀਰ ਖਿਚਾਉਣ ਤਸਵੀਰ ਖਿਚਾਓ ਕਹਿੰਦਾ ਚਲੋ ਉਹਨੇ ਕੋਹੜੀ ਮਾਰੀ ਪਰੇ 2019 ਮੁੱਕ ਚੱਲਿਆ ਮੈਂ ਕਿਹਾ ਤੂੰ ਸਾਰਾ ਸਾਲ ਕੀ ਕੀਤਾ ਕਹਿੰਦਾ ਆਰਾਮ ਹੀ ਕੀਤਾ ਮੈਂ ਕਿਹਾ ਤੂੰ ਵੱਡਾ ਹੋ ਕੇ ਕੀ ਬਣੇਗਾ ਕਹਿੰਦਾ ਬੇਵਕੂ ਯਾਰ ਇਹ ਵੀ ਨਾ ਇਹ ਵੀ ਕਹਿੰਦਾ 2000 ਮੈਂ ਇਹਨੂੰ ਪੁੱਛਿਆ ਮੈਂ ਕਿਹਾ 2019 ਮੁੱਕਣ ਵਾਲਾ ਵਾ ਤੇ ਤੂੰ ਕੀ ਕੀਤਾ ਕਹਿੰਦਾ ਮੁੱਕ ਨਹੀਂ ਗਿਆ ਮੈਂ ਇਹਨੂੰ ਪੁੱਛਿਆ ਮੈਂ ਕਿਹਾ 2000 ਮੁੱਕਣ ਵਾਲਾ ਤੇ ਤੂੰ ਵੀ ਮੁੱਕਣ ਵਾਲਾ ਹੀ ਆ ਕਹਿੰਦਾ ਮੁਦੱਸਰ ਭਾਈ ਕਹਿੰਦਾ ਯਾਰ 2019 ਤੇ ਮੁੱਕ ਚੱਲਾ ਸਾਡੀਆਂ ਪੀਆਂ ਨਹੀਂ ਮੁੱਕ ਕਹਿੰਦਾ ਯਾਰ ਜਿੰਨੀ ਮਰਜ਼ੀ ਮਹਿੰਗਾਈ ਹੋਵੇ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਕਿਹਾ ਕਿਉਂ ਕਹਿੰਦਾ ਅਸੀਂ ਮਲੰਗ ਆ ਨਾ ਕਹਿੰਦਾ ਮੈਂ ਕਿਹਾ ਯਾਰ 2000 ਮੁੱਕਣ ਵਾਲਾ ਕਹਿੰਦਾ ਮੁੱਕ ਜੇ ਮੈਂ ਹਜ਼ਾਰ ਹੋਰ ਹੈਗਾ ਇਹ ਗੁੰਗਾ ਸੀ ਤੇ ਕੈਪਟਨ ਦੇ ਸਿਗਰ ਲੈਣ ਚਲਾ ਗਿਆ ਪਾਨ ਵਾਲੀ ਦੁਕਾਨ ਤੋਂ ਤੇ ਉਹਨੂੰ ਐ ਕਰੇ ਯਾਰ ਕਹਿੰਦਾ ਜਿਹੜੀ ਲੱਕੀ ਮਰਬਤ ਆ ਕਹਿੰਦਾ ਇਹ ਲੱਕੀ ਕਮੇਟੀ ਵਾਲਿਆਂ ਦੀ ਆ ਇਹਨੂੰ ਮੈਂ ਪੁੱਛਿਆ ਤੂੰ ਲੱਕੀ ਮਰਬਤ ਆ ਕਹਿੰਦਾ ਨਹੀਂ ਨਹੀਂ ਮੈਂ ਨੈਸ਼ ਮਰਬਤ ਆ ਇਹ ਇੱਦਾਂ ਦੇ ਪਿੰਡਾਂ 'ਚ ਨਾ ਥੱਕੇ ਦੁਕਾਨਦਾਰ ਹੁੰਦੇ ਆ ਕੋਈ ਬੱਚਾ ਆਵੇ ਨਾ ਵੀਆਂ ਦੀ ਹਲਦੀ ਦੇ ਦਿਓ ਅਤੇ ਉੱਠ ਕੇ ਦੇਣੀ ਨਹੀਂ ਇੰਨੀ ਕੁ ਆਉਣੀ ਆ ਘਰੋਂ ਪੁੱਛਿਆ ਜਿੰਨੀ ਆਉਣੀ ਆ ਤੂੰ ਦੇ ਦੇ ਕੋਈ ਬੱਚਾ ਆ ਗਿਆ ਨਾ ਡੇਢ ਪਾ ਦਾਲ ਮਾਵਾਂ ਦੀ ਦੇ ਦੋ ਦਸ ਜੀ ਡੇਢ ਪਾ ਦਾਲ ਸਰ ਜੂਗਾ ਜਾਂ ਘਰੋਂ ਪੁੱਛਿਆ ਤੂੰ ਦੇਵੇ ਜਿੰਨੀ ਆਉਣੀ ਆ ਇਹਦੇ ਕੋਲ ਇੱਕ ਬੰਦਾ ਆ ਗਿਆ ਕਰਿਆਨੇ ਦੀ ਦੁਕਾਨ ਤੇ ਕਹਿੰਦਾ ਡਵ ਸਾਬਣ ਕਹਿੰਦਾ ਕੈਪਰੀ ਸਾਬਣ ਹੈ ਹੁਣ ਉੱਠਣ ਨਹੀਂ ਦਿਆ ਕਹਿੰਦਾ ਤੂੰ ਤੁਸੀਂ ਡਵ ਲਾਇਆ ਕਰੋ ਕਹਿੰਦਾ ਚੱਲ ਡਵ ਦੇ ਦੇ ਉਹ ਸਾਹਮਣੇ ਦੁਕਾਨ ਤੋਂ ਮਿਲਣੀ ਆਪ ਨਹੀਂ ਉੱਠਣਾ ਫੁੱਲ ਇਹ ਬਹੁਤ ਪੁਰਾਣੇ ਦੌਰ ਦਾ ਬੰਦਾ ਬਾਦਸ਼ਾਹ ਨੇ ਕਿਹਾ ਜੀ ਸਾਰੇ ਸੁਸਤ ਤੇ ਨਿਕੰਮੇ ਬੰਦੇ ਮੇਰੇ ਕੋਲ ਹਾਜ਼ਰ ਹੋਣ ਤੇ ਉਹਨੇ ਇਕੱਠੇ ਕਰਕੇ ਕਿਹਾ ਜੀ ਕਿ ਸਾਰਿਆਂ ਨਾਲੋਂ ਸੁਸਤ ਬੰਦੇ ਹੱਥ ਖੜੇ ਕਰਨ ਸਾਰਿਆਂ ਨੇ ਹੱਥ ਚੁੱਕ ਲਏ ਤੇ ਇਹਨੇ ਚੁੱਕੇ ਨਹੀਂ ਬਾਦਸ਼ਾਹ ਕਹਿੰਦਾ ਤੂੰ ਨਹੀਂ ਚੁੱਕਿਆ ਹੱਥ ਕਹਿੰਦਾ ਭਾਈ ਕੌਣ ਇੰਨੀ ਦਿੱਕਤ ਕਰੇ ਇੰਜ ਕਰੇ ਇੰਜ ਕਰੇ ਸੁਸਤ ਫਿਰ ਇੰਜ ਕਰੇ ਇਹਨੂੰ ਇੰਨੀ ਸੁਸਤੀ ਪੈਂਦੀ ਹੁੰਦੀ ਸੀ ਟੂਟੀ ਖੋਲ੍ਹ ਕੇ ਥੱਲੇ ਬੈਠਾ ਤੇ ਬੱਸ ਗਿਆ ਲੈਂਦੇ ਜਨਾਜ਼ਾ ਤਿਆਰ ਹੋ ਕਹਿੰਦੇ ਆਜਾ ਯਾਰ ਜਲਦੀ ਕਹਿੰਦਾ ਠਹਿਰ ਜਾ ਮੇਰੀ ਕੋਕੇ ਵਾਲੀ ਜੈਕਟ ਨੀ ਲੱਭਣ ਦੇ ਯਾਰ ਇਹਨੂੰ ਇੰਨੀ ਸੁਸਤੀ ਪੈਂਦੀ ਸੀ ਇਹਨੂੰ ਇਹਨੂੰ ਕਬਰ ਕੱਢਣ ਚਲੇ ਗਿਆ ਤੇ ਦਾਦਾ ਫੋਤ ਹੋ ਗਿਆ ਕਬਰ ਕੱਢਣ ਗਿਆ ਤੇ ਉੱਥੇ ਕਹਿੰਦੇ ਚੈੱਕ ਕਰੋ ਇਹ ਚੈੱਕ ਕਰਨ ਤੇ ਉੱਥੇ ਸੌ ਗਿਆ ਪਾਸਾ ਲੈ ਕੇ ਸੁੱਤਾ ਉਹਨਾਂ ਨੇ ਇੱਧਰ ਕਰਕੇ ਨਾਲ ਦਾਦਾ ਵੀ ਦੱਬਤਾ ਇੱਕ ਬੰਦਾ ਕਬਰ ਕੱਢਣ ਦਿਆ ਤੇ ਉੱਤੇ ਕਾਰ ਲਾ ਕੇ ਉਹਦਾ ਤੇਲ ਬਦਲਣ ਦਿਆ ਉਹ ਕਾਰ ਨੀ ਲਾਉਂਦੇ ਥੱਲੇ ਉੱਠ ਕੇ ਉੱਤੇ ਚੁੱਕੀ ਤਾਂ ਉਹ ਮਰਦੇ ਮੂੰਹ ਇਹਦੀ ਮਸ਼ੂਕ ਇਹਨੂੰ ਕਹਿੰਦੀ ਮੈਨੂੰ ਬੁਰਖਾ ਹੀ ਲੈ ਦੇ ਤੇ ਉਹਨੂੰ ਰਕਸ਼ੇ ਦਾ ਬੁਰਖਾ ਲੈ ਕੇ ਦੇ ਇਹ ਵੀ ਡਾਕਟਰ ਹੁੰਦਾ ਸੀ ਕੰਮ ਨਹੀਂ ਚੱਲਿਆ ਤੇ ਡਾਕਟਰ ਵਾਲਾ ਕੋਟ ਪਾ ਕੇ ਮਧਾਰੀਆਂ ਕਰਨ ਲੈ ਓ ਯਾਰ ਹਵਾਲੇ ਰੱਬ ਤੂੰ ਕਰ ਦੱਸਣ ਲੈ ਓ ਯਾਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋ ਸੀ ਜਿਸ ਦਿਨ ਫਿਰ ਮਿਲਾਂਗੇ ਬਹੁਤ ਸ਼ੁਕਰੀਆ ਆਪਣਾ ਬਹੁਤ ਬਹੁਤ ਖਿਆਲ ਰੱਖਣਾ ਅਸੀਂ ਇੱਥੇ ਚਾਹ ਪੀਣ ਆਉਂਦਾ ਹੀ ਰਹਿਣਾ ਹੁਣ ਇਹਨਾਂ ਨੇ ਦੋ ਤਿੰਨਾਂ ਜਾਣਿਆ ਨੇ ਫਿਰ ਤੇ ਸ਼ੁਗਲ ਮੇਲਾ ਲੱਗਦਾ ਸਾਡਾ ਭਾਈ ਨੇ ਇੱਥੇ ਖਾਤਾ ਲਵਾ ਦਿੱਤਾ ਹਾਂ ਮੈਂ ਇਹਨਾਂ ਦਾ ਮਹੀਨਾ ਲਵਾ ਦਿੱਤਾ ਇੱਥੇ ਨਾਦਰੀ ਨੂੰ ਪਤਾ ਨਹੀਂ ਕਾਹਤੋਂ ਭੈਣ ਮੈਨੂੰ ਇਹਦਾ ਮੂੰਹ ਇੱਦਾਂ ਲੱਗਣ ਦਿਆ ਜਿੱਦਾਂ ਪੀਂਗ ਤੇ ਬਹਿ ਕੇ ਮੇਕਅਪ ਕੀਤਾ